ਤੂੰ ਮੇਰੇ ਉੱਤੇ ਪੰਪ ਸਿੱਟੀ ਜਾਂਦਾ ਕਦੇ ਬੰਬ ਕਦੇ ਗੋਲੀਆਂ ਕਦੇ ਹੇਠਾਂ ਤੇ ਕਦੇ ਉੱਪਰ ਦੀ ਰੱਟ ਲਈ ਇਹ ਨੌਜਵਾਨ ਇਸ ਵੇਲੇ ਪੂਰੀ ਤਰ੍ਹਾਂ ਬੇਹੋਸ਼ ਕੀਤਾ ਪਿਆ ਏ। ਪਰ ਦੇਖੋ ਜ਼ਰਾ ਧਿਆਨ ਨਾਲ ਸੁਣੋ ਕਹਿ ਕੀ ਰਿਹਾ ਏ, ਅੱਧਾ ਮਸਲਾ ਤੁਹਾਨੂੰ ਆਪੇ ਸਮਝ ਆ ਜਾਣਾ ਏ। ਪੰਜ ਬੰਦੇ ਰਹਿ ਗਏ ਮੈਂ ਕੱਲਾ। ਗੱਡੀ ਛੱਡੀ ਆ ਰੋਹਿਤ, ਕੋਈ ਫਟਕਾ ਕਰ ਓ ਰੋਹਿਤ, ਜਿੱਤ ਗਿਆ ਮੈਚ ਚਿਕਨ ਡਿਨਰ। ਹਸਪਤਾਲ ਦੇ ਬੈੱਡ 'ਤੇ ਪਿਆ ਇਹ ਨੌਜਵਾਨ ਦੇ ਦਿਮਾਗ 'ਤੇ ਕੋਈ ਸੱਟ ਜਾਂ ਕਿਸੇ ਨੇ ਹਮਲਾ ਨਹੀਂ ਕੀਤਾ, ਸਗੋਂ ਆਪਣੀ ਹਾਲਤ ਲਈ ਇਹ ਨੌਜਵਾਨ ਖੁਦ ਜ਼ਿੰਮੇਵਾਰ ਹੈ। ਸੁਲਤਾਨਪੁਰ ਲੋਧੀ ਦਾ ਰਹਿਣ ਵਾਲਾ ਰੋਹਿਤ ਇਸ ਵੇਲੇ ਇਸ ਕਦਰ ਦਿਮਾਗੀ ਤੌਰ 'ਤੇ ਬਿਮਾਰ ਹੋ ਚੁੱਕਾ ਹੈ ਕਿ ਉਸਦੀ ਹਾਲਤ ਨੇ ਘਰ 'ਚ ਕੰਗਾਲੀ ਵਾਲੀ ਸਥਿਤੀ ਲਿਆ ਦਿੱਤੀ ਹੈ। ਅਸਲ 'ਚ ਰੋਹਿਤ ਪਬਜੀ ਗੇਮ ਖੇਡਦਾ ਸੀ। ਗੇਮ ਖੇਡਦਾ ਖੇਡਦਾ ਰੋਹਿਤ ਇਸ ਗੇਮ ਨਾਲ ਦੀਵਾਨਗੀ ਹੋ ਗਈ ਅਤੇ ਫਿਰ ਜਨੂਨ, ਅਤੇ ਸਾਰੀ ਰਾਤ ਰੋਹਿਤ ਮੋਬਾਈਲ 'ਤੇ ਗੇਮ ਖੇਡਦਾ ਰਹਿੰਦਾ। ਜੋ ਵੀ ਇਸ ਗੇਮ ਖੇਡਣ ਤੋਂ ਰੋਕਦਾ ਉਸ ਨਾਲ ਰੋਹਿਤ ਲੜਨ ਲੱਗ ਪੈਂਦਾ। ਫਿਰ ਗੇਮ ਖੇਡਦਾ ਖੇਡਦਾ ਰੋਹਿਤ ਇਸ ਦੁਨੀਆ ਨੂੰ ਵੀ ਪਬਜੀ ਗੇਮ ਹੀ ਸਮਝਣ ਲੱਗ ਪਿਆ, ਜਿਸ ਤੋਂ ਬਾਅਦ ਰੋਹਿਤ ਖੁਦ ਨੂੰ ਸ਼ੂਟਰ ਸਮਝਣ ਲੱਗ ਪਿਆ। ਕਦੇ ਘਰ 'ਚ ਪਏ ਬੈੱਡ ਹੇਠਾਂ ਅਤੇ ਕੋਠੇ 'ਤੇ ਜਾ ਕੇ ਦੁਸ਼ਮਣ ਲੱਭਦਾ ਰਹਿੰਦਾ। ਅਜਿਹੀ ਹਾਲਤ 'ਚੋਂ ਘਰੋਂ ਨਿਕਲਣ ਲਈ ਜਿਵੇਂ ਗੇਮ 'ਚ ਸ਼ੀਸ਼ੇ ਤੋੜੇ ਜਾਂਦੇ ਨੇ, ਉਸੇ ਤਰ੍ਹਾਂ ਸ਼ੀਸ਼ੇ ਵੀ ਤੋੜਨ ਲੱਗ ਪਿਆ। ਆਪਣੇ ਨੌਜਵਾਨ ਬੇਟੇ ਦੀ ਇਹ ਹਾਲਤ ਵੇਖ ਇਸ ਵੇਲੇ ਪੂਰਾ ਪਰਿਵਾਰ ਭਾਵਨਾਤਮਕ ਅਤੇ ਆਰਥਿਕ ਤੌਰ 'ਤੇ ਕੱਖੋਂ ਹੌਲਾ ਹੋਇਆ ਪਿਆ ਏ। ਰੋਹਿਤ ਦਾ ਪਿਤਾ ਜੋ ਕਿ ਸ਼ਹਿਰ 'ਚ ਪੇਂਟਰ ਦਾ ਕੰਮ ਕਰਦਾ ਏ, ਹੁਣ ਤੱਕ ਲੱਖਾਂ ਰੁਪਏ ਰੋਹਿਤ 'ਤੇ ਖਰਚ ਕਰ ਚੁੱਕਾ ਏ, ਪਰ ਕਿਸੇ ਪਾਸੇ ਤੋਂ ਕੋਈ ਫਰਕ ਰੋਹਿਤ ਨੂੰ ਨਹੀਂ ਪੈ ਰਿਹਾ। ਉਸਦੀ ਹਾਲਤ ਜਿਵੇਂ ਦੀ ਤਿਵੇਂ ਹੀ ਬਣੀ ਪਈ ਹੈ। ਪਹਿਲਾਂ ਮਾਂ ਅਤੇ ਫਿਰ ਗੁਆਂਢੀ ਦੇ ਮੂੰਹੋਂ ਰੋਹਿਤ ਦੀ ਹਾਲਤ ਸੁਣੋ, ਪਬਜੀ ਗੇਮ ਖੇਡ ਖੇਡ ਕਿਹੋ ਜਿਹੀ ਹੋਈ ਪਈ ਹੈ। ਸਾਡਾ ਬੱਚਾ ਗੇਮ ਖੇਡਦਾ ਸੀਗਾ, ਮੰਜੇ ਦੇ ਥੱਲੇ ਲੰਮਿਆਂ ਪੈ ਪੈ ਕੇ ਪੌੜੀਆਂ ਤਾਂ ਚੜ੍ਹ ਜਾਂਦਾ ਸੀਗਾ। ਚੜ੍ਹ ਜਾਂਦਾ ਸੀ, ਮੁੜ ਕੇ ਅਮਰਪ੍ਰੀਤ ਦੇ ਲੈ ਕੇ ਗਏ, ਉਹਨੇ 70-75 ਹਜ਼ਾਰ ਉਹਨੇ ਲੈ ਲਿਆ। ਮੁੜ ਕੇ ਇੱਥੇ ਕਪੂਰਥਲੇ ਵੀ ਲੈ ਕੇ ਗਏ, ਉੱਥੇ ਵੀ ਲੈ ਕੇ ਗਏ, ਜਲੰਧਰ ਵੀ ਮੁੜ ਕੇ ਲੈ ਕੇ ਗਏ। ਉੱਥੇ ਵੀ ਖਰਚਾ ਸਾਡਾ ਕਾਫੀ ਆ ਗਿਆ ਵਾ। ਵਾਹਿਗੁਰੂ, ਮਿਹਨਤ ਕਰਦੇ ਹਾਂ, ਸਾਡੀ ਮਦਦ ਕੀਤੀ ਜਾਵੇ। ਬੱਚਾ ਠੀਕ ਨਹੀਂ, ਹੁਣ ਅਸੀਂ ਤੀਜੀ ਥਾਂ 'ਤੇ ਲੈ ਗਏ ਹਾਂ, ਉੱਥੇ ਵੀ ਹਜੇ ਫਰਕ ਨਹੀਂ ਪਿਆ ਸਾਡੇ ਬੱਚੇ ਨੂੰ ਫਰਕ ਨਹੀਂ ਪਿਆ। 2 ਲੱਖ ਦਾ ਖਰਚਾ ਹਜੇ ਹੋਰ ਵਾ। ਇਹਨਾਂ ਦਾ ਬੇਟਾ ਜਿਹੜਾ ਅਸੀਂ ਪਿਛਲੇ ਕਾਫੀ 20 ਦਿਨ ਤੋਂ ਵੇਖਦੇ ਹਾਂ ਵੀ ਕਾਫੀ ਜ਼ਿਆਦਾ ਢਿੱਲਾ ਵਾ, ਅਤੇ ਉਹਦੇ ਨਾਲ ਕੋਈ ਪਤਾ ਘਰ ਤੋਂ ਪਤਾ ਲੱਗਾ ਵੀ ਸਵਿਮਿੰਗ ਕੋਠੇ 'ਤੇ ਵੇਹਦੇ ਹੁੰਦੇ ਸੀ, ਗੇਮ ਖੇਡਦਾ ਰਹਿੰਦਾ, 11-12 1 ਵਜੇ ਤੱਕ ਰਾਤ ਨੂੰ ਗੇਮ ਖੇਡਦਾ ਰਹਿੰਦਾ ਸੀਗਾ।
ਅਤੇ ਹੁਣ ਇਹ ਪਤਾ ਲੱਗਾ ਵੀ ਉਹਦੇ ਨਾ ਮੈਂਟਲੀ ਅਪਸੈਟ ਹੋ ਗਿਆ ਜ਼ਿਆਦਾ ਗੇਮ ਪਬਜੀ ਗੇਮ ਕੋਈ ਹੁੰਦੀ ਸਾਨੂੰ ਤਾਂ ਉਹਦੇ ਬਾਰੇ ਜਾਣਕਾਰੀ ਨਹੀਂ ਕੀ ਹੁੰਦੀ ਆ ਉਹ ਕਹਿੰਦੇ ਖੇਡਦਾ ਰਿਹਾ ਉਹਦੇ ਨਾਲ ਮੈਂਟਲੀ ਅਪਸੈਟ ਕਾਫੀ ਜ਼ਿਆਦਾ ਹੋ ਗਿਆ। ਅਮਨਪ੍ਰੀਤ ਹਸਪਤਾਲ ਜਿਹੜਾ ਸਾਡੇ ਸੁਲਤਾਨਪੁਰ ਲੋਧੀ ਵਿੱਚ ਉਹਦੇ ਕੋਲ ਗਏ ਬਹੁਤ ਸਮਾਂ ਕਾਫੀ ਸਮਾਂ ਇਹਨਾਂ ਨੇ ਰੱਖਿਆ ਉਹਦੇ ਕੋਲ ਅਤੇ ਮਤਲਬ 2 ਹਫ਼ਤੇ 10 ਦਿਨ ਉਹਦੇ ਕੋਲ ਤਕਰੀਬਨ ਰੱਖਿਆ ਵਾ ਉਹਨੇ ਕਾਫੀ ਪੈਸੇ ਬਣਾ ਲਏ 70-80 ਦੇ ਲਾਗੇ ਉਹਨੇ ਲੈ ਲਿਆ ਅਤੇ ਮੁੜ ਕੇ ਫਿਰ ਇਹਨੂੰ ਮੈਂ ਸਲਾਹ ਦਿੱਤੀ ਮੈਂ ਕਿਹਾ ਡਾਕਟਰ ਸੰਦੀਪ ਭੋਲਾ ਸੁਲਤਾਨ ਆਪਣੇ ਕਪੂਰਥਲੇ ਸਰਕਾਰੀ ਹਸਪਤਾਲ ਬਹੁਤ ਪੈਸਾ ਹੁਣ ਤੱਕ ਲੱਗ ਚੁੱਕਾ ਅਤੇ ਅੱਗੇ ਕੀ ਹੋ ਰਿਹਾ ਇਹਨਾਂ ਦਾ ਤਕਰੀਬਨ ਮੈਨੂੰ ਮੈਂ 1.5-2 ਲੱਖ ਰੁਪਈਆ ਹੁਣ ਲੱਗ ਚੁੱਕਾ ਹੁਣ ਤੱਕ 1.5-2 ਲੱਖ ਰੁਪਈਆ ਇਹਨਾਂ ਦਾ ਲੱਗ ਚੁੱਕਾ ਵਾ ਮੇਰੇ ਅੰਦਾਜ਼ ਹੁਣ ਇਹ ਗੱਲ ਆ ਵੀ ਡਾਕਟਰ ਸਾਹਿਬ ਨੇ ਹੁਣ ਇਹਨਾਂ ਨੂੰ ਕਿਹਾ ਵਾ ਵੀ ਹਾਲੇ ਵੀ ਜੇ ਬੱਚੇ ਨੂੰ ਤੁਸੀਂ ਪੂਰਾ ਸੈੱਟ ਕਰਨਾ ਅਸੀਂ ਸੈਂਟਰ 'ਚ ਇਹਨੂੰ ਭਰਤੀ ਕਰਾਉਣਾ ਵਾ ਇਹਨੂੰ ਘੱਟ ਤੋਂ ਘੱਟ 2 ਲੱਖ ਰੁਪਈਆ ਹਾਲੇ ਇਹਦੇ ਇਲਾਜ ਲਈ ਹੋਰ ਚਾਹੀਦਾ ਵਾ ਅਤੇ ਮੈਂ ਵੀ ਬੇਨਤੀ ਕਰਦਾ ਸੰਸਥਾਵਾਂ ਨੂੰ ਜਿਹੜੀਆਂ ਸੰਸਥਾਵਾਂ ਦਾਨ ਕਰਦੀਆਂ ਵਾਂ ਵੀ ਜੇ ਭਾਈ ਗੁਰੂ ਘਰ 'ਚ ਦਾਨ ਕਰ ਦਿਓ ਮੰਦਰਾਂ 'ਚ ਦਾਨ ਕਰ ਦਿਓ ਕਿਸੇ ਹੋਰ ਥਾਵਾਂ 'ਤੇ ਦਾਨ ਕਰ ਦਿਓ ਅਤੇ ਇਹ ਬੜਾ ਗੁਰਸਿੱਖ ਪਰਿਵਾਰ ਆ ਭਾਈ ਮੰਗੇ ਦਾ 3 ਬੱਚੇ ਸਾਰਾ ਪਰਿਵਾਰ ਇਹਦਾ ਅੰਮ੍ਰਿਤਧਾਰੀ ਪਰਿਵਾਰ ਆ ਅਤੇ ਇਹਨਾਂ ਦੀ ਮਦਦ ਕੀਤੀ ਜਾਵੇ ਇਹ ਬਹੁਤ ਗਰੀਬ ਆ ਸਿਰਫ ਇੱਕ ਰੰਗ ਰੂਮ ਕਰਕੇ ਆਪਦੀ ਦਿਹਾੜੀ ਕਰਕੇ ਟਾਈਮ ਪਾਸ ਕਰਦਾ ਪੂਰੇ ਪਰਿਵਾਰ ਨੇ ਰੋਹਿਤ ਉੱਤੇ ਜਦੋਂ ਹੁਣ ਲੱਖਾਂ ਰੁਪਏ ਖਰਚ ਕਰ ਦਿੱਤੇ ਨੇ ਤਾਂ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਲਾ ਰੋਹਿਤ ਦਾ ਪਿਤਾ ਮੰਗਾ ਸਿੰਘ ਆਰਥਿਕ ਤੌਰ 'ਤੇ ਪੂਰੀ ਤਰ੍ਹਾਂ ਟੁੱਟ ਚੁੱਕਾ ਏ ਹਾਲਾਤ ਇਹ ਨੇ ਕਿ ਮੰਗਾ ਸਿੰਘ ਨੇ ਜੋ ਦੁੱਖ ਆਪਣੀ ਜ਼ਿੰਦਗੀ 'ਚ ਹੱਸ ਕੇ ਝੱਲੇ ਹੁਣ ਆਪਣੀ ਔਲਾਦ ਦੇ ਬਿਮਾਰ ਹੋਣ ਉਪਰੰਤ ਪੂਰੀ ਤਰ੍ਹਾਂ ਟੁੱਟ ਚੁੱਕਿਆ ਏ ਅਤੇ ਲੋਕਾਂ ਨੂੰ ਮਦਦ ਦੀ ਅਪੀਲ ਕਰ ਰਿਹਾ ਏ ਅਤੇ ਸਾਡਾ ਮੁੰਡਾ ਹੈ ਨਾ ਰੋਹਿਤ ਵਾ ਉਹ ਕਿਤੇ ਗੇਮ ਖੇਡਦਾ ਖੇਡਦਾ ਪਾਪ ਗੇਮ ਪਤਾ ਹੀ ਟੀ ਵੀ ਦਾ ਮੋਬਾਈਲ ਗੇਮ ਖੇਡਦਾ ਖੇਡਦਾ ਬਿਮਾਰ ਹੋ ਗਿਆ ਸੀਰੀਅਸ ਹੋ ਗਿਆ ਉਹਦਾ ਅਸੀਂ ਬਹੁਤ ਇਲਾਜ ਕਰਾਇਆ ਸੁਲਤਾਨਪੁਰ ਵੀ ਕਰਾਇਆ ਕਪੂਰਥਲੇ ਵੀ ਲਗਾਏ ਹਾਂ ਹੁਣ ਅਸੀਂ ਜਲੰਧਰ ਗਏ ਹਾਂ ਉੱਥੇ ਵੀ ਚਾਰ ਪੰਜ ਦਿਨ ਹੋ ਗਿਆ ਜੇ ਉਹਨੂੰ ਚੱਲ ਇਲਾਜ ਚੱਲਣ ਡਿਆ ਉੱਥੇ ਵੀ ਸਾਡੇ ਪੈਸੇ ਕਾਫੀ 70,000-75,000 ਇੱਥੇ ਲੱਗ ਗਿਆ ਉੱਥੇ ਵੀ ਸਾਡਾ ਹੁਣ 75,000-70,000 ਦੇ ਲਾਗੇ ਲੱਗ ਚੁੱਕਾ ਵਾ ਕਿਉਂਕਿ ਉਹਨੂੰ ਅਸੀਂ ਹੁਣ ਉਹਨਾਂ ਡਾਕਟਰ ਸਾਹਿਬ ਨੇ ਸਾਨੂੰ ਸਲਾਹ ਦਿੱਤੀ ਆ ਕਿ ਇਹਨੂੰ ਹੁਣ ਇਹਦਾ ਦਿਮਾਗ ਜਿਹੜਾ ਜੇ ਥੋੜ੍ਹਾ ਜਿਹਾ ਐਬਸੈਂਟ ਵਾ ਜ਼ਿਆਦਾ ਇਹਨੂੰ ਸੈਂਟਰ ਦੇ ਵਿੱਚ ਰੱਖਿਆ ਜਾਵੇ ਮੈਂ ਹੁਣ ਹੀ 20 ਦਿਨ ਹੋ ਗਏ ਮੈਂ ਉਹਦੇ ਮਗਰ ਮਗਰ ਹੀ ਰਹਿੰਦਾ ਇਕੱਲਾ ਹੀ ਬੰਦਾ ਮੈਂ ਅਤੇ ਇਸ ਕਰਕੇ ਮੈਂ ਹੈ ਨਾ ਚਲੋ ਵਾਹਿਗੁਰੂ ਕਿਰਪਾ ਕਰੇ ਆਪਾਂ ਸ਼ਕਤੀ ਦੇਵੇ ਅਤੇ ਆਪਾਂ ਨੂੰ ਲੋੜ ਤਾਂ ਮਹਾਰਾਜ ਦੀ ਕਿਰਪਾ ਨਾਲ ਉਹਨੇ ਆਪ ਹੀ ਕਰਨਾ ਜੋ ਕਰਨਾ ਮਹਾਰਾਜ ਮੈਂ ਤਾਂ ਕੁਛ ਨਹੀਂ ਕਰਨਾ ਇਸ ਕਰਕੇ ਦੇਖੋ ਮੈਂ ਹੌਸਲਾ ਨਹੀਂ ਹਾਰਿਆ ਅਤੇ ਉਹਨੂੰ ਮੈਂ ਹੁਣ ਸੈਂਟਰ 'ਚ ਜਮ੍ਹਾਂ ਕਰ ਗਿਆ ਉੱਥੇ ਵੀ ਪੈਸੇ ਆ ਉੱਥੇ ਅਜੇ ਗਾਂਹ ਪਤਾ ਨਹੀਂ ਕਿੰਨਾ ਖਰਚਾ ਹੋਣਾ ਵਾ 1.5 ਲੱਖ ਦੇ ਲਾਗੇ ਮੇਰਾ ਲੱਗ ਚੁੱਕਾ ਮਤਲਬ ਜੇ ਧਿੰਨਾ 'ਚ ਉਹ ਬੰਦਾ ਕੋਲ ਪੈਸੇ ਭੜੇ ਆ ਦਿਹਾੜੀਦਾਰ ਬੰਦਾ ਮੈਂ ਮਹਾਰਾਜ ਦੀ ਕਿਰਪਾ ਨਾਲ ਕੰਮ ਚੱਲਦੇ ਸੀ ਇੱਥੇ ਪਿੰਟਰ 'ਤੇ ਮੈਂ ਲੋਕ ਪੈਸੇ ਕਮਾਉਂਦੇ ਅਤੇ ਮੈਂ ਇੱਧਰ ਤੁਰਿਆ ਫਿਰਦਾ ਅਤੇ ਮੈਂ ਆਪ ਦਿਹਾੜੀ ਦਾ ਬੰਦਾ ਕਿ ਗੌਰਮੈਂਟ ਮੰਦਰ ਨਹੀਂ ਤਾਂ ਜਾਂ ਹੋਰ ਕੋਈ ਮਹਾਰਾਜ ਕਿਰਪਾ ਕਰ ਦੇਣਾ ਵੀ ਸਾਡੀ ਕੌਮ ਬਹੁਤ ਮਹਾਰਾਜ ਦੀ ਕਿਰਪਾ ਨਾਲ ਸੱਦਾ ਕੌਮ ਮਦਦ ਕਰਨ ਨੂੰ ਤਾਂ ਹਰੇਕ ਕੋਈ ਤਿਆਰ ਰਹਿੰਦਾ ਇਸ ਕਰਕੇ ਮੈਂ ਤਾਂ ਇਹੋ ਕਹਿੰਦਾ ਵੀ ਜਿੰਨਾ ਚਿਰ ਇਲਾਜ ਹੋਏ ਮੇਰੇ ਮੁੰਡਾ ਠੀਕ ਹੋ ਗਏ ਘਰ ਆ ਜਾਵੇ ਕੀ ਨੰਬਰ ਕੀ ਤੁਹਾਡਾ ਮੇਰਾ ਨੰਬਰ ਹੈ 98-725-34-57 98-725-34-57 ਸੁਲਤਾਨਪੁਰ ਦੇ ਗੁਰਦੁਆਰਾ ਬੇਰ ਸਾਹਿਬ ਨੇੜੇ ਰਹਿ ਰਹੇ ਪਰਿਵਾਰ ਇਸ ਵੇਲੇ ਆਪਣੇ ਬੇਟੇ ਲਈ ਲੋਕਾਂ ਤੋਂ ਮਦਦ ਦੀ ਗੁਹਾਰ ਲਗਾ ਰਿਹਾ ਹੈ ਅਤੇ ਜੇਕਰ ਕੋਈ ਵੀ ਸੰਸਥਾ ਜਾਂ ਵਿਅਕਤੀ ਰੋਹਿਤ ਦੇ ਪਰਿਵਾਰ ਦੀ ਸਹਾਇਤਾ ਕਰਨੀ ਚਾਹੇ ਤਾਂ ਰੋਹਿਤ ਦੇ ਪਿਤਾ ਨੂੰ ਮੋਬਾਈਲ ਨੰਬਰ 98-725-34-752 'ਤੇ ਕਿਸੇ ਵੇਲੇ ਵੀ ਸੰਪਰਕ ਕਰ ਸਕਦਾ ਹੈ। ਬਿਊਰੋ ਰਿਪੋਰਟ, ਹਕੀਕਤ ਟੀਵੀ।